ਪੰਜਾਬੀ ਇਲੈਕਟਿਵ 6th ਸੈਮੈਸਟਰ ਵਾਲੇ ਸਟੂਡੈਂਟਸ ਬਈ ਤੁਸੀਂ ਜੋ ਹੈ ਆਪਣੇ ਪੋਇਟ ਕਰ ਰਹੇ ਸੀਗੇ ਆਪਣੀ ਕਾਵਜੋਤਾਂ ਬੁੱਕ ਵਿੱਚੋਂ ਤੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਕਰ ਲਈ ਸੀ ਅੱਜ ਜੋ ਹੈ ਅਸੀਂ ਆਪਣੇ ਦੂਜੇ ਪੋਇਟ ਤੇ ਸਾਡੇ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਜੀਵਨੀ ਹੈ ਉਹਨੂੰ ਅਸੀਂ ਜੋ ਹੈ ਆਪਣੀ ਵੀਡੀਓ ਵਿੱਚ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਸਾਰੇ ਬੱਚਿਆਂ ਨੇ ਨਾਮ ਸੁਣਿਆ ਹੈ ਨੌਵੇਂ ਗੁਰੂ ਨੇ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਨੇ ਯਾਓ ਬਿਟਾ ਅਸੀਂ ਜੋ ਹੈ ਜੀਵਨੀ ਤੇ ਆ ਜਾਈਏ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਨਾਮ ਤਿਆਗਮਨ ਸੀ ਤਿਆਗਮਨ ਦਾ ਸ਼ੂਟ ਕੁਸਚਨ ਵੀ ਆ ਜਾਂਦੇ ਤੁਹਾਨੂੰ ਕਿ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਕੀ ਸੀ ਉਹਨਾਂ ਦਾ ਨਾਮ ਸੀ ਤਿਆਗਮਨ ਉਹਨਾਂ ਦਾ ਜਨਮ ਗੁਰੂ ਹਰगोबिंद ਸਾਹਿਬ ਜੀ ਦੇ ਘਰ 1 ਅਪ੍ਰੈਲ 1721 ਈਸਵੀ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅਮਰਸਰ ਵਿਖੇ ਹੋਇਆ ਆਪ ਜੀ ਦਾ ਜਨਮ ਸਥਾਨ ਅਜਕਰ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਂ ਨਾਲ ਪ੍ਰਸਿੱਧ ਹੈ ਮਤਲਬ ਕਿ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਉਸ ਥਾਂ ਨੂੰ ਗੁਰੂ ਕੇ ਮਹਿਲਾਂ ਦੇ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਅਤੇ ਪੰਜਵੇਂ ਸਹਬਜਾਦੇ ਸਨ। ਆਪ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਸਨ, ਸੂਰਜਮਲ ਜੀ ਤੇ ਅਣੀ ਰਾਏ ਤੇ ਅਟਲ ਰਾਏ ਜੀ ਸਨ ਤੇ ਇੱਕ ਭੈਣ ਸੀਗੀ ਆਪ ਜੀ ਦੀ ਬੀਬੀ ਵੀਰੋ। ਆਪ ਜੀ ਦੀ ਸ਼ਾਦੀ ਕਰਤਾਰਪੁਰ ਵਿਖੇ ਜ਼ਿਲ੍ਹਾ ਜਨੰਦਰ ਦੇ ਨਿਵਾਸੀ ਪਾਈ ਲਾਲਚੰਦ ਜੀ ਅਤੇ ਮਾਤਾ ਬਿਸ਼ਨ ਕੋੜ ਦੀ ਸੁਪਤਰੀ ਮਾ ਗੁਦ ਮਾਤਾ ਸਪੁੱਤਰੀ ਗੁਜਰੀ ਜੀ ਨਾਲ ਹੋਈ ਗੁਰੂ ਤੇਗ ਬਹਾਦਰ ਜੀ ਖਾਲਸਾ ਪੰਥ ਦੇ ਸਿਰਜੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸਨ ਆਪ ਜੀ ਬਚਪਨ ਤੋਂ ਹੀ ਸੰਤ ਸਰੂਪ ਗੰਭੀਰ ਦਾਰਸ਼ਨਿਕ ਅਤੇ ਉੱਚੀ ਬਿਰਤੀ ਦੇ ਮਾਲਕ ਸਨ ਆਪ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਆਪਦੀ ਵਿਦਿਆ ਦਾ ਪ੍ਰਬੰਧ ਹੋਇਆ ਤੇ ਵੱਡੇ ਹੋ ਕੇ ਤਿਆਗ ਮਲ ਬੜੇ ਹੀ ਸੁੰਦਰ ਜਵਾਨ ਸ਼ੂਰ ਬੀਰਤੇ ਸੂਝਵਾਨ ਵਿਦਵਾਨ ਅਤੇ ਧਰਮ ਦੇ ਰਾਜਨੀਤੀ ਦੇ ਚੰਗੇ ਗਿਆਤਾ ਹੋਏ ਆਪ ਬਡੇਰੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ Hindu ਧਰਮ ਦੀ ਰੱਖਿਆ ਲਈ ਆਪ ਨੂੰ ਔਰੰਗਜ਼ੇਬ ਦੇ ਹੁਕਮ ਅਨੁਸਾਰ ਦਿੱਲੀ ਵਿੱਚ 11 ਨਵੰਬਰ 1675 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਅੱਜ ਵੀ ਬੇਟਾ ਜਿੱਥੇ ਚਾਂਦਰੀ ਚੌਕ ਵਿੱਚ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਹੈ ਨਾ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦੀ ਦੇ ਦਿੱਤੀ ਗਈ ਸੀ ਤੇ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਜੋ ਹੈ ਦੋ ਪਾਗਾਂ ਜੁਨੇ ਦੀ ਰਚਨਾ ਨੂੰ ਵੰਡਿਆ ਜਾਂਦਾ ਹੈ ਇਕਤੇ ਉਹਨਾਂ ਨੇ ਸ਼ਲੋਕ ਲਿਖੇ ਤੇ ਕੁਝ ਸ਼ਬਦ ਲਿਖੇ ਕੂਚਿਕ ਵਾਰਤਕ ਰਚਨਾਵਾਂ ਵੀ ਜਿਹੜੀਆਂ ਨੇ ਨਾ ਗੁਰੂ ਤੇਗ ਬਹਾਦਰ ਜੀ ਦੇ ਨਾਂ ਨਾਲ ਜੋੜੀਆਂ ਜਾਂਦੀਆਂ ਨੇ ਵਾਰਤਕ ਰਚਨਾਵਾਂ ਉਹ ਇਵੇਂ ਨੇ ਕਿ ਉਹ ਆਪਣੇ ਸਿੱਖਾਂ ਨੂੰ ਜਿਹੜੇ ਵੀ ਹੁਕਮਨਾਮੇ ਭੇਜਦੇ ਸੀਗੇ ਨਾ ਲਿਖ ਕੇ ਉਹਨਾਂ ਨੂੰ ਜੋ ਹੈ ਉਹਨਾਂ ਦੀ ਵਾਰਤਕ ਦੇ ਅੰਡਰ ਲਿਆਇਆ ਜਾਂਦਾ ਹੈ ਵਾਰਤਕ ਜੋ ਹੈ ਅਸੀਂ ਜਦੋਂ ਤੁਹਾਨੂੰ ਜੋ ਹੈ ਸਾਹਿਤ ਦੇ ਰੂਪ ਵਾਲਾ ਪਾਠ ਕਰਾਂਗੇ ਨਾ ਜਦੋਂ ਤੁਹਾਡੇ ਐਸੇ ਪੇਪਰ ਦਾ ਇਲੈਕਟਿਵ ਵਾਲੇ ਪੇਪਰ ਦਾ ਨਾਵਲ ਕਿ ਹੁੰਦਾ ਹੈ ਨਿੱਕੀ ਕਹਾਣੀ ਕਿ ਹੁੰਦਾ ਉਸ ਵੇਲੇ ਸਮਝਾਉਂਗੀ ਬੇਟਾ ਵਾਰਤਕ ਕੀ ਹੁੰਦੀ ਹੈ ਜਿਹਨੂੰ ਤੁਸੀਂ ਪੜ੍ਹਦੇ ਹੋ ਨਾ ਪੋਇਟਰੀ ਤੋਂ ਇਲਾਵਾ ਜੋ ਵੀ ਕੁਝ ਜਿਸਨੂੰ ਤੁਸੀਂ ਪੜ੍ਹ ਕੇ ਸਮਝ ਲੈਂਦੇ ਹੋ ਉਹਨੂੰ ਵਾਰਤਕ ਕਿਹਾ ਜਾਂਦਾ ਹੈ ਆਪ ਜੀ ਦੇ ਲਿਖੀ ਹੋਏ 30 ਹੁਕਮਨਾਮੇ ਮਿਲਦੇ ਹਨ ਤੇ ਉਹਦੇ ਤੋਂ ਬਾਅਦ ਇਹ ਤੁਹਾਨੂੰ ਲਿਖਣ ਦੀ ਲੋੜ ਨਹੀਂ ਕਿ ਕਿਹਦੇ ਕਿਹਦੇ ਕੋਲ ਨੇ ਤੁਸੀਂ ਉਹਦੇ ਤੋਂ ਬਾਅਦ ਇੱਥੇ ਆ ਜਾਓਗੇ ਆਪ ਜੀ ਦੀ ਬਾਣੀ ਸ਼ਬਦਾਂ ਅਤੇ ਸ਼ਲੋਕਾਂ ਦੇ ਰੂਪ ਵਿੱਚ ਹੈ ਤੇ ਆਮ ਤੌਰ ਤੇ ਤੁਹਾਨੂੰ ਜੋ ਛੋਟੇ ਕੁਐਸਚਨ ਹੀ ਆ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਕਿੰਨੇ ਸ਼ਲੋਕ ਲਿਖੇ ਤੇ ਕਿੰਨੇ ਸ਼ਬਦ ਲਿਖੇ ਤੇ ਗੁਰੂ ਤੇਗ ਬਹਾਦਰ ਜੀ ਨੇ ਦੇਖੋ ਬੇਟਾ 59 ਸ਼ਬਦ ਲਿਖੇ ਤੇ ਜਿਹੜੇ 15 ਰਾਗਾਂ ਵਿੱਚ ਨੇ ਤੇ 57 ਸ਼ਲੋਕ ਨੇ ਸ਼ਲੋਕ ਮਤਲਬ ਇਹ ਦੋ ਘਟ ਨੇ ਤੇ ਸ਼ਬਦ ਜਿਹੜੇ ਨੇ ਉਹ ਜਾਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ ਨਾਂ ਹੇਠ ਦਰਜ ਬਾਣੀ ਦਰਜ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਾਈ ਤੇ ਗੁਰੂ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਿੱਛੇ ਆਪਾਂ ਗੱਲ ਕੀਤੀ ਗੁਰੂ ਅਰਜਨ ਦੇਵ ਜੀ ਦੀ ਜਦੋਂ ਅਸੀਂ ਜੀਵਨੀ ਕੀਤੀ ਕਿ ਪੰਜਵੇਂ ਗੁਰੂ ਸੀਗੇ ਗੁਰੂ ਅਰਜਨ ਦੇਵ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਹੈ ਤੇ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਨੇ ਉਹ ਤੇ ਪੋਤੇ ਲਗਦੇ ਨੇ ਗੁਰੂ ਅਰਜਨ ਦੇਵ ਜੀ ਦੇ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਐਡ ਕਰਾਈ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਅਤੇ ਸ਼ਲੋਕਾਂ ਵਿੱਚ ਪ੍ਰਭੂ ਦਾ ਸਿਮਰਨ ਸੁਸਾਰ ਦੀ ਨਾਸ਼ਮਾਨਤਾ ਗੁਰੂ ਦੀ ਸ਼ਰਨ ਰਬਤੀ ਰਜਾ ਪਰਮਾਤਮਾ ਦੀ ਸਰਵਵਿਆਪਕਤਾ ਆਦ ਜਿਹੜੇ ਨੇ ਇਹ ਵਿਸ਼ੇ ਲਏ ਗਏ ਨੇ ਤੇ ਗੁਰੂ ਅਰਜਨ ਦੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਨੇ ਨਾ ਉਹ ਆਮ ਲੋਕਾਂ ਦੇ ਮੂੰਹ ਤੇ ਬਹੁਤ ਹੀ ਕਿਉਂਕਿ ਬੜੀ ਹੀ ਪਿਆਰੀ ਤੇ ਬਹੁਤ ਹੀ ਰਸਪਿੰਨੀ ਤੇ ਬੜੀ ਹੀ ਸਮਝ ਆਨ ਵਾਲੇ ਸ਼ਲੋਕ ਨੇ ਉਹ ਆਮ ਤੌਰ ਤੇ ਸਾਡੇ ਮੂੰਹ ਤੇ ਚੜੇ ਹੁੰਦੇ ਨੇ ਜਿਵੇਂ ਸਾਰੇ ਬੱਚੇ ਨੂੰ ਆਂਦਾ ਹੋਵੇਗਾ ਏ RAM ਗयो ਰਾਵਣ ਗयो ਜਾ ਕੋ ਬਹੁ ਪਰਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਜਿਤਨੇ ਬਹੁਤ ਸੁਖੇ ਕੀਏ ਦੁਖ ਕੋ ਕਿਉ ਨ ਕੋਏ ਕੋ ਨਾਨਕ ਸੁਨਰੇ ਮਨਾ ਹਰ ਪਾਵੇ ਸੁ ਹੋਏ ਅਸੀਂ ਜੋ ਹੈ ਬਿਤਾ ਆਪਣੇ ਉਹਦੇ ਲਈ ਆਪਣੀ ਪੋਸਟ ਲਈ ਇਹਨਾਂ ਸ਼ਲੋਕਾਂ ਦੀ ਵਿਆਖਿਆ ਵੀ ਕਰਨੀ ਹੈ ਤੇ ਗੁਰੂ ਤੇਗ ਬਹਾਦਰ ਦੇ ਸ਼ਬਦ ਵੀ ਕੁਝ ਵਿਆਖਿਆ ਲਈ ਕਰਨੇ ਨੇ ਅਸੀਂ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨਮੇ ਮੀਤ ਜੇ ਪ੍ਰਾਣੀ ਹਰ ਜਸ ਕੇਉ ਨਾਨਕ ਤੇ ਜਗ ਜੀਤ ਪੈ ਕਾਹੂ ਕੋ ਦੇਤ ਨਹੀਂ ਨਾਹ ਪਹਿਮਾਨਤ ਆਨ ਹੋ ਨਾ ਨੇ ਸੁਣੇ ਮਨਾ ਗਿਆਨੀ ਤਾਹਿਬ ਖਾਨ ਜਿੱਥੇ ਵਿਸ਼ੇ ਦੇ ਪੱਖ ਤੋਂ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਵਨਸਵੰਨਤਾ ਹੈ ਉੱਥੇ ਰੂਪਕ ਪੱਖ ਤੋਂ ਵੀ ਜਿਹੜੀ ਉਹਨਾਂ ਦੀ ਰਚਨਾ ਹੈ ਉਹ ਅਦੁੱਤੀ ਹੈ ਵਿਸ਼ਾ ਇੱਕ ਵੱਖਰੀ ਗੱਲ ਹੁੰਦੀ ਹੈ ਕਿ ਜਿਸ ਚੀਜ਼ ਨੂੰ ਜਿਸ ਥੀਮ ਨੂੰ ਲੈ ਕੇ ਲਿਖਿਆ ਜਾ ਰਿਹਾ ਤੇ ਰੂਪਕ ਪੱਖ ਹੁੰਦਾ ਹੈ ਕਿਸੇ ਚੀਜ਼ ਦਾ ਸਟਰਕਚਰ ਜਿਸ ਤਰ੍ਹਾਂ ਬਿਤੇ ਸਾਡੇ ਦੋ ਰੂਪ ਹੁੰਦੇ ਨੇ ਨਾ ਇੱਕ ਅਸੀਂ ਇੰਟਰਨਲ ਕਿਹਾ ਜਾਈ ਹੈਗੇ ਆ ਤੇ ਇੱਕ ਅਸੀਂ ਐਕਸਟਰਨਲ ਕਿਹਾ ਜਾਈ ਹੈਗੇ ਆ ਰੂਪਕ ਪੱਖ ਹੁੰਦਾ ਹੈ ਬਾਹਰ ਤੋਂ ਦਿਖਣਾ ਤੇ ਵਿਸ਼ਾ ਹੁੰਦਾ ਹੈ ਅੰਦਰ ਤੋਂ ਆਪ ਨੇ ਬਹੁਤ ਸੁੰਦਰ ਸੁਖਾਇਨ ਅਤੇ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲ ਨੂੰ ਸਮਝਾਇਆ ਬੜੇ ਹੀ ਪਿਆਰੇ ਆਸਾਨ ਜੇ ਸ਼ਬਦ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਵਰਤਦੇ ਨੇ ਜਿਹੜੇ ਸਭ ਨੂੰ ਸਮਝ ਆ ਜਾਂਦੇ ਨੇ ਆਪ ਜੀ ਦੀ ਬਾਣੀ ਵਿੱਚ ਪੁਰਾਣੇ ਇਤਿਹਾਸਕ ਤੇ ਮਿਥਿਹਾਸਕ ਪਾਤਰਾਂ ਦੀ ਵੀ ਜਿਹੜੀ ਹੈ ਗੱਲ ਕੀਤੀ ਗਈ ਹੈ ਜਿਵੇਂ ਗੁਰੂ ਤੇਗ ਬਹਾਦਰ ਜੀ ਅਜਾਮਲ ਦੀ ਗੱਲ ਕਰਦੇ ਨੇ ਗਨਕਾ ਦੀ ਗੱਲ ਕਰਦੇ ਨੇ ਰਾਮ ਦੀ ਗੱਲ ਰਾਵਣ ਦੀ ਗੱਲ ਇਹਨਾਂ ਸਾਰਿਆਂ ਦੀ ਗੱਲ ਜੋ ਹੈ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਵਿੱਚ ਕਰਦੇ ਨੇ ਸ਼ਬਦ ਚੋਣ ਜੋ ਹੈ ਉਹਨਾਂ ਦੀ ਬੜੀ ਖੂਬਸੂਰਤ ਹੈ ਅਤੇ ਸ਼ਬਦ ਜੜਤ ਦੀ ਖੂਬਸੂਰਤੀ ਵੀ ਆਪ ਦੀ ਰਚਨਾ ਵਿੱਚ ਕਮਾਲ ਦੀ ਹੈ ਅਲੰਕਾਰਾਂ ਤੇ ਪ੍ਰਤੀਕਾਂ ਦੇ ਟੁਕਮੇਪਣ ਦਾ ਆਪ ਦਾ ਕੋਈ ਛਾਨੀ ਨਹੀਂ ਇਸ ਤਰ੍ਹਾਂ ਆਪ ਜੀ ਦੀ ਜਿਹੜੀ ਬਾਣੀ ਹੈ ਉਹ ਅੱਜ ਵੀ ਮਨੁੱਖ ਮਾਤਰ ਦੇ ਕਲਿਆਣ ਲਈ ਸਹਾਈ ਹੋ ਸਕਦੀ ਹੈ ਤੇ ਤੁਹਾਨੂੰ ਪਤਾ ਹੋਵੇਗਾ ਬੇਟਾ ਕਿ ਜਦੋਂ ਗੁਰਗ੍ਰੰਥ ਸਾਹਿਬ ਜੀ ਦੇ ਲਾਸਟ ਵਿੱਚ ਜਦੋਂ ਭੋਗ ਪੈਂਦਾ ਹੈ ਤੇ ਉਸ ਵੇਲੇ ਜੋ ਹੈ ਗੁਰੂ ਤੇਗ ਬਹਾਦਰ ਜੀ ਦੇ ਇਸ ਸ਼ਲੋਕ ਜਿਹੜੇ ਨੇ ਨਾ 57 ਸ਼ਲੋਕ ਉਹ ਪੜੇ ਜਾਂਦੇ ਨੇ ਲਾਸਟ ਵਿੱਚ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਬੜੇ ਪਿਆਰ ਨਾਲ ਸੁਨੇ ਜਾਂਦੇ ਨੇ ਹੁਣ ਮੈਂ ਤਾਂ ਮੈਂ ਇਹ ਕਹਿ ਰਹੀ ਆ ਕਿ ਤੁਸੀਂ ਜੋ ਹੈ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਇਹਨੂੰ ਗਾਈਡ ਚ ਮਿਕਸ ਕਰਕੇ ਵੀ ਕਰ ਸਕਦੇ ਹੋ ਅਸੀਂ ਆਪਣੇ ਸਿਲੇਬਸ ਦੇ ਪਰਪਸ ਨਾਲ ਇੱਕ ਵਾਰੀ ਰੀਡਿੰਗ ਇਹਦੀ ਕਰ ਲਈ ਸੀ ਤੇ ਓਕੇ ਥੈਂਕ ਯੂ